ਪਾਠ 7ਵਾਂ ਨਾਮ ਨਾਮ ਅਸੀਂ ਆਪਣੇ ਆਲੇ-ਦੁਆਲੇ ਘਰ ਸਕੂਲ ਆਦਿ ਵਿੱਚ ਹਰੇਕ ਚੀਜ਼ ਦਾ ਕੋਈ ਨਾ ਕੋਈ ਨਾਂ ਰੱਖਿਆ ਹੋਇਆ ਹੈ ਜੇ ਚੀਜ਼ਾਂ ਮਨੁੱਖਾ ਇਸਤਰੀਆਂ ਸਥਾਨਾਂ ਆਦਿ ਦੇ ਨਾਂ ਨਾ ਹੁੰਦੇ ਤਾਂ ਲੋਕ ਪੰਬਲ-ਪੂਸਿਆਂ ਵਿੱਚ ਪੈ ਕੇ ਇੱਧਰ-ਉੱਧਰ ਟਟਕਦੇ ਫਿਰਦੇ ਆਪਣੇ ਕੰਮ ਨੂੰ ਆਸਾਨ ਕਰਨ ਲਈ ਮਨੁੱਖ ਨੇ ਹਰੇਕ ਚੀਜ਼ ਦਾ ਕੋਈ ਨਾ ਕੋਈ ਨਾਂ ਰੱਖਿਆ ਇਸ ਨਾਂ ਨੂੰ ਵਿਆਕਰਣ ਵਿੱਚ ਨਾਮ ਆਖਦੇ ਹਨ ਵੇਖੋ ਪੜੋ ਅਤੇ ਸਮਝੋ ਬੱਚਾ ਸਵਰੀਨ ਪਹਾੜ ਹਾਥੀ ਜਵਾਨੀ ਬੁਢਾਪਾ ਨਾਮ ਦੀ ਪਰਿਭਾਸ਼ਾ ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਕਿਸੇ ਵਿਅਕਤੀ ਸਥਾਨ ਚੀਜ਼ ਆਦਿ ਦੇ ਨਾਂ ਦਾ ਪਤਾ ਲੱਗੇ ਉਹਨਾਂ ਨੂੰ ਵਿਆਕਰਣ ਵਿੱਚ ਨਾਂ ਵਾਖਦੇ ਹਨ ਜਿਵੇਂ ਬੱਚਾ ਸਵਰੀਨ ਚੰਡੀਗੜ੍ਹ ਸ਼ਹਿਰ ਕੁੱਤਾ ਬਾਂਦਰ ਸੋਨਾ ਕਣਕ ਲੋਹਾ ਬੁਢਾਪਾ ਗਰਮੀ ਬੇਈਮਾਨੀ ਆਦਿ ਨਾਮ ਦੀਆਂ ਕਿਸਮਾਂ ਨਾਮ ਦੀਆਂ 5 ਕਿਸਮਾਂ ਹੁੰਦੀਆਂ ਹਨ ਆਮ ਨਾਮ ਜਾਂ ਜਾਤੀਵਾਚਕ ਨਾਮ ਖਾਸ ਨਾਮ ਜਾਂ ਨਿਜਵਾਚਕ ਨਾਮ ਵਸਤੂਵਾਚਕ ਨਾਮ ਇਕਾਠਵਾਚਕ ਨਾਮ ਭਾਵਵਾਚਕ ਨਾਮ ਆਮ ਨਾਮ ਜਾਂ ਜਾਤੀਵਾਚਕ ਨਾਮ ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਸਮੁੱਚੀ ਜਾਤੀ ਸ਼੍ਰੇਣੀ ਆਦਿ ਦੇ ਨਾਮ ਦਾ ਪਤਾ ਲੱਗੇ ਉਹਨਾਂ ਨੂੰ ਆਮ ਨਾਮ ਜਾਂ ਜਾਤੀਵਾਚਕ ਨਾਮ ਆਖਦੇ ਹਨ ਜਿਵੇਂ ਕੁੱਤਾ ਭੌਂਕਦਾ ਹੈ ਇਹ ਬੱਚਾ ਸੋਹਣਾ ਹੈ ਸੀਰਤ ਪਿੰਡੂ ਕੁੜੀ ਹੈ ਮੇਲੇ ਵਿੱਚ ਬਹੁਤ ਭੀੜ ਹੈ ਉਪਰੋਕਤ ਵਾਕਾਂ ਵਿੱਚ ਮੋٹے ਸ਼ਬਦ ਆਮ ਨਾਮ ਹਨ ਖਾਸ ਨਾਮ ਜਾਂ ਨਿਜਵਾਚਕ ਨਾਮ ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਕਿਸੇ ਖਾਸ ਵਿਅਕਤੀ ਜਾਂ ਖਾਸ ਸਥਾਨ ਆਦਿ ਦੇ ਨਾਂ ਦਾ ਪਤਾ ਲੱਗੇ ਖਾਸ ਨਾਮ ਜਾਂ ਨਿਜਵਾਚਕ ਨਾਮ ਅਖਵਾਉਂਦੇ ਹਨ ਜਿਵੇਂ ਸ਼ਰਨ ਕਨਵੈਂਟ ਸਕੂਲ ਵਿੱਚ ਪੜਦਾ ਹੈ ਬਿਆਸ ਦਰਿਆ ਉੱਛਲ ਰਿਹਾ ਹੈ ਮੁਸਕਾਨ ਕੈਨੇਡਾ ਰਹਿੰਦੀ ਹੈ ਕੁੱਤੇ ਨੇ ਸੂਰਜ ਨੂੰ ਵੱਢ ਲਿਆ ਉਪਰੋਕਤ ਵਾਕਾਂ ਵਿੱਚ ਮੋٹے ਸ਼ਬਦ ਖਾਸ ਨਾਮ ਹਨ ਵਸਤੂਵਾਚਕ ਨਾਮ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਤੋਲਣੀ ਜਾਂ ਮਿਣੀ ਜਾ ਸਕਣ ਵਾਲੀ ਚੀਜ਼ ਦੇ ਨਾਂ ਦਾ ਪਤਾ ਲੱਗੇ ਵਸਤੂਵਾਚਕ ਨਾਮ ਖਵਾਉਂਦੇ ਹਨ ਜਿਵੇਂ ਕਿਉਂ ਬਹੁਤ ਮਹਿੰਗਾ ਹੋ ਗਿਆ ਹੈ ਖੰਡ 50 ਰੁਪਏ ਕਿਲੋ ਹੈ ਦੁੱਧ ਵਿੱਚ ਪਾਣੀ ਮਿਲਾ ਲਓ ਰੇਤਾ ਬਜਰੀ ਬਹੁਤ ਮਹਿੰਗੇ ਹੋ ਗਏ ਹਨ ਉਪਰੋਕਤ ਵਾਕਾਂ ਵਿੱਚ ਮੋٹے ਸ਼ਬਦ ਵਸਤੂਵਾਚਕ ਨਾਮ ਹਨ ਇਕੱਠਵਾਚਕ ਨਾਮ ਜਿਨ੍ਹਾਂ ਸ਼ਬਦਾਂ ਤੋਂ ਗਿਣਨਯੋਗ ਵਿਅਕਤੀਆਂ ਜੀਵਾਂ ਪਸ਼ੂਆਂ ਪੰਛੀਆਂ ਦੇ ਨਾਮ ਦਾ ਪਤਾ ਲੱਗੇ ਇਕੱਠਵਾਚਕ ਅਖਵਾਉਂਦੇ ਹਨ ਜਿਵੇਂ ਜਮਾਤ ਵਿਦਿਆਰਥੀਆਂ ਨਾਲ ਭਰੀ ਸੀ ਪੰਛੀਆਂ ਦੀ ଡਾਰ ਰੁੱਖ ਤੇ ਬੈਠੀ ਹੈ ਫੌਜ ਨੇ ਇੱਕਦਮ ਹਮਲਾ ਕੀਤਾ ਮੇਲੇ ਵਿੱਚ ਬੜੀ ਭੀੜ ਸੀ ਉਪਰੋਕਤ ਵਾਕਾਂ ਵਿੱਚ ਮੋٹے ਸ਼ਬਦ ਇਕੱਠਵਾਚਕ ਨਾਮ ਹਨ ਭਾਵਾਚਕ ਨਾਮ ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਉਹਨਾਂ ਹਾਲਾਤਾਂ ਦੇ ਨਾਵਾਂ ਦਾ ਪਤਾ ਲੱਗੇ ਜਿਹੜੀਆਂ ਵੇਖੀਆਂ ਨਾ ਜਾ ਸਕਣ ਬਲਕਿ ਮਹਿਸੂਸ ਕੀਤੀਆਂ ਜਾ ਸਕਣ ਭਾਵਵਾਚਕ ਨਾਮ ਅਖਵਾਉਂਦੇ ਹਨ ਜਿਵੇਂ ਸਦਾ ਸੱਚ ਬੋਲੋ ਫੁੱਲਾਂ ਦੀ ਖੁਸ਼ਬੂ ਬੜੀ ਪਿਆਰੀ ਹੈ ਅੱਜ ਬੜੀ ਗਰਮੀ ਹੈ ਉਪਰੋਕਤ ਵਾਕਾਂ ਵਿੱਚ ਮੋٹے ਸ਼ਬਦ ਭਾਵਵਾਚਕ ਨਾਮ ਹਨ ਆਓ ਦੁਹਰਾਈਏ ਜਿਹੜੇ ਸ਼ਬਦ ਕਿਸੇ ਵਿਅਕਤੀ, ਸਥਾਨ, ਚੀਜ਼, ਪਸ਼ੂ, ਪੰਛੀ ਆਦਿ ਦੇ ਨਾਂ ਨੂੰ ਦੱਸਣ ਨਾਮ ਅਖਵਾਉਂਦੇ ਹਨ। ਨਾਮ ਪੰਜ ਪ੍ਰਕਾਰ ਦੇ ਹੁੰਦੇ ਹਨ। ਕਿਸੇ ਸਮੂਚੀ ਜਾਤੀ ਦੇ ਨਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਜਾਤੀਵਾਚਕ ਨਾਮ ਆਖਦੇ ਹਨ। ਕਿਸੇ ਖਾਸ ਵਿਅਕਤੀ, ਸਥਾਨ, ਚੀਜ਼ ਆਦਿ ਦੇ ਨਾਂ ਨੂੰ ਦੱਸਣ ਵਾਲੇ ਸ਼ਬਦ ਖਾਸ ਨਾਮ ਅਖਵਾਉਂਦੇ ਹਨ। ਗਿਣਨਯੋਗ ਵਿਅਕਤੀਆਂ, ਪਸ਼ੂਆਂ, ਪੰਛੀਆਂ ਦੇ ਇਕੱਠ ਨੂੰ ਪ੍ਰਗਟਾਉਣ ਵਾਲੇ ਸ਼ਬਦ ਇਕੱਠਵਾਚਕ ਨਾਮ ਅਖਵਾਉਂਦੇ ਹਨ।